ਵਾਹ ਵੀਰ, 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 ਵੀਰ, ਵਾਹ 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 ਵੀਰ, ਵੀਰ, ਵਾਹ 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 ਵੀਰ,
वाह गुरु वाह गुरु वाह गुरु 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸ਼ਰਨ ਵਿੱਚ ਇੱਕ ਸੰਗਤ ਰੂਪ ਵਿੱਚ ਇਕੱਤਰ ਹੋਏ ਹਾਂ ਔਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਸਮਝਾਉਣ ਦਾ ਯਤਨ ਕਰਦੇ ਨੇ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਸੇ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰ ਉਪਕਾਰਿਆ, ਹਰ ਨਾਮ ਦ੍ਰਿੜਾਵੈ ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਜਦੋਂ ਅਸੀਂ ਸਤਸੰਗਤ ਰੂਪ ਵਿੱਚ ਆਉਂਦੇ ਹਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਦੇ ਵਿੱਚ ਜਿੱਥੇ ਤੁਸੀਂ ਵਿਚਰਦੇ ਪਏ ਹੋ, ਜੋ ਨਿਰੰਕਾਰ ਨੇ ਪਰਮਾਤਮਾ ਨੇ ਇਹ ਇੱਕ ਖੇਲ ਬਣਾਇਆ ਹੋਇਆ ਹੈ ਅਤੇ ਇਸ ਖੇਲ ਦੇ ਵਿੱਚੋਂ ਜੇ ਅਸੀਂ ਵਾਪਸ ਸਦੀਵੀ ਤੌਰ 'ਤੇ ਆਪਣੇ ਘਰ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਨਿਰੰਕਾਰ ਪਰਮਾਤਮਾ ਦੀ ਪਹਿਚਾਣ ਕਰਨੀ ਪਏਗੀ। ਉਸ ਨਿਰੰਕਾਰ ਪਰਮਾਤਮਾ ਦੀ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਦੱਸਿਆ, ਜਿਨ੍ਹਾਂ ਭਗਤਾਂ ਜਿਨ੍ਹਾਂ ਗੁਰਮੁਖਾਂ ਨੇ ਉਹ ਸੱਚ ਦੇ ਦਰਸ਼ਨ ਕੀਤੇ ਉਹਨਾਂ ਗੁਰਬਾਣੀ ਦੇ ਵਿੱਚ ਆਪ ਨੂੰ ਲਿਖ ਕੇ ਦਿੱਤਾ ਹੋਇਆ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਉਸ ਸੱਚ ਦੇ ਵਿੱਚ ਆਪਣੇ ਮੂਲ ਦੇ ਵਿੱਚ ਨਹੀਂ ਸਮਾਉਂਦੇ ਉਨੀ ਦੇਰ ਤੱਕ ਤੁਹਾਡਾ ਇਹ ਜਿਹੜਾ ਜੀਵਨ ਹੈ ਇਹ ਕਿਸੇ ਲੇਖੇ ਵਿੱਚ ਨਹੀਂ ਹੈ। ਅਤੇ ਜਦੋਂ ਅਸੀਂ ਸਰਵਣ ਕਰਦੇ ਹਾਂ ਇਸ ਸੰਸਾਰ ਵਿੱਚ ਆ ਕੇ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਅਤੇ ਸੰਸਾਰ ਦੇ ਵਿੱਚ ਆ ਕੇ ਵਿਚਰਦੇ ਹੋਇਆਂ ਜਿਹੜਾ ਸਾਨੂੰ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ ਹੈ, ਜੋ ਪਰਮਾਤਮਾ ਸਾਨੂੰ ਸਵਾਸ ਦੇ ਕੇ ਖੇਲ ਖਿਲਾ ਰਿਹਾ ਹੈ, ਅਸੀਂ ਉਸ ਨੂੰ ਭੁੱਲਦੇ ਹੋਏ ਇਸ ਮਾਇਆ ਦੇ ਘਰ ਦੇ ਵਿੱਚ
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਇੰਨਾ ਪਿਆਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਪਣੇ ਉਸ ਮਾਤਾ ਪਿਤਾ ਨਿਰੰਕਾਰ ਨੂੰ ਭੁੱਲ ਗਏ। ਉਹਦੇ ਨਾਲ ਮਿਲਾਪ ਤਾਂ ਕੀ ਕਰਨਾ ਸੀ, ਉਹਦੀ ਉਸਤਤ ਤਾਂ ਅਸੀਂ ਕੀ ਸਰਵਣ ਕਰਨੀ ਸੀ, ਅਸੀਂ ਉਹਦੀ ਗੱਲ ਹੀ ਸੁਣਨੀ ਬੰਦ ਕਰ ਦਿੱਤੀ ਹੈ। ਅੱਜ ਐਸੀ ਅਵਸਥਾ ਦੇ ਵਿੱਚ ਜੇ ਕੋਈ ਪਰਮਾਤਮਾ ਦੀ ਨਿਰੰਕਾਰ ਦੀ ਸੱਚ ਦੀ ਉਸਤਤ ਕਰਦਾ ਹੈ ਅਤੇ ਮਨ ਦੀ ਐਸੀ ਅਵਸਥਾ ਹੈ ਉਹ ਸੁਣ ਨਹੀਂ ਸਕਦਾ। ਦੁਨਿਆਵੀ ਗੱਲਾਂ ਭਾਵੇਂ ਉਹਨੂੰ ਸਾਰਾ ਦਿਨ ਸੁਣਾਈ ਜਾਓ, ਨਿੰਦਾ ਚੁਗਲੀ ਦੁਬਦਾ ਈਰਖਾ, ਪਰ ਜੋ ਮਨ ਦੀ ਉਸ ਪਰਮਾਤਮਾ ਦੇ ਮਿਲਾਪ ਦੀ ਗੱਲ ਹੈ, ਉਸ ਪਰਮਾਤਮਾ ਦੀ ਉਸਤਤ ਹੈ, ਉਹ ਸੁਣਦਾ ਨਹੀਂ ਹੈ। ਇਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਮਨ ਭੁੱਲ ਚੁੱਕਾ ਹੈ ਅਤੇ ਕੈਸੀ ਅਵਸਥਾ ਵਿੱਚ ਵਿਚਰਦਾ ਪਿਆ ਹੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਓ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਇੰਨਾ ਭੁੱਲ ਗਿਆ ਹੈ ਅਤੇ ਕੀ ਕਰਦਾ ਪਿਆ ਹੈ, ਵੈਰ ਵਿਰੋਧ ਕਾਮ ਕ੍ਰੋਧ ਮੋਹ ਇਹਨਾਂ ਦੇ ਵਿੱਚ ਫਸਿਆ ਹੋਇਆ ਹੈ ਅਤੇ ਆਪਣਾ ਜਿਹੜਾ ਜੀਵਨ ਹੈ ਉਹਦੀ ਵਾਰੀ ਨੂੰ ਹਾਰਦਾ ਪਿਆ ਹੈ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਇਹ ਹਾਉਂ ਜੁਗਤ ਬਿਹਾਨੇ ਕਈ ਜਨਮ ਹੋ ਗਏ ਕਿ ਇਹਨਾਂ ਦਾ ਸੰਗ ਕਰਦੇ ਹੋਇਆਂ ਅਸੀਂ ਆਪਣੇ ਜੀਵਨ ਦੀ ਬਾਜ਼ੀ ਹਾਰਦੇ ਹਾਂ। ਇਹ ਮਨ ਨੂੰ ਐਸੀ ਅਵਸਥਾ ਵਿੱਚ ਲੈ ਜਾਂਦੇ ਨੇ, ਇਹ ਜਿੱਤ ਜਾਂਦੇ ਨੇ ਅਤੇ ਮਨ ਆਪਣਾ ਮਕਸਦ ਜਿਹੜਾ ਹੈ ਮਨੋਰਥ ਭੁੱਲ ਜਾਂਦਾ ਹੈ, ਉਹ ਹਾਰ ਜਾਂਦਾ ਹੈ ਅਤੇ ਨਿਰੰਕਾਰ ਪਰਮਾਤਮਾ ਇਸ ਖੇਲ ਨੂੰ ਦੇਖਦਾ ਹੈ। ਪਾਉਂਦਾ ਐਸੇ ਕਾਹੇ ਭੂਲ ਭਰੇ, ਕਾਜ ਬਿਹਾਜਨ ਕੰਚਨ ਛਾਡਨ, ਵੈਰੀ ਸੰਗਹੇਤ ਸਾਜਨ ਤਿਆਗ ਕਰੇ। ਪਾਉਂਦੇ ਜਿਹੜੇ ਇਹ ਦੁਸ਼ਮਣ ਨੇ ਇਹਦੇ ਅੰਦਰ ਵਕਾਰ ਪੈਦਾ ਕਰਦੇ ਨੇ, ਇਹਨਾਂ ਦੇ ਨਾਲ ਪਿਆਰ ਕਰਦਾ ਹੈ ਅਤੇ ਜਿਹੜਾ ਮੈਂ ਇਹਨਾਂ ਨੂੰ ਸਵਾਸ ਦੇ ਕੇ ਜ਼ਿੰਦਾ ਰੱਖਦਾ ਹਾਂ, ਮੈਂ ਇਸ ਨੂੰ ਜਨਮ ਦੇਣ ਵਾਲਾ ਹਾਂ ਅਤੇ ਇਹ ਬੱਚਾ ਮੇਰੇ ਨਾਲ ਪਿਆਰ ਨਹੀਂ ਕਰਦਾ, ਮੈਨੂੰ ਭੁੱਲਾ ਰਹਿੰਦਾ ਹੈ ਅਤੇ ਇਹਨਾਂ ਦੂਸਰਿਆਂ ਦੇ ਨਾਲ ਪਿਆਰ ਕਰਦਾ ਹੈ। ਹੁਣ ਅੱਜ ਮਨ ਦੀ ਐਸੀ ਅਵਸਥਾ ਬਣ ਚੁੱਕੀ ਹੈ ਕਿ ਮਨ ਇਹਨਾਂ ਦੇ ਨਾਲ ਜੁੜ ਕੇ ਬਾਹਰ ਹੀ ਭੱਜਿਆ ਫਿਰਦਾ ਹੈ ਅਤੇ ਜਿੱਥੇ ਮਾਤਾ ਪਿਤਾ ਵੱਸਦਾ ਹੈ, ਜਿਸ ਘਰ ਦੇ ਵਿੱਚ, ਉਸ ਘਰ ਦੇ ਵਿੱਚ ਨਹੀਂ ਜਾਂਦਾ। ਐਸੇ ਮਨ ਦੀ ਜਿਹੜੀ ਅਵਸਥਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਦੇਖਦੇ ਨੇ ਅਤੇ ਸਾਨੂੰ ਸਮਝਾਉਂਦੇ ਨੇ
ਪਾਤਸ਼ਾਹ ਕਹਿੰਦੇ ਨੇ ਪੰਜ ਚੋਰ ਚੰਚਲ ਚਿੱਤ ਚੱਲੇ, ਪਰ ਕਰ ਜੋ ਹੈ ਘਰ ਨਹੀਂ ਪਾਲੇ। ਕਹਿੰਦੇ ਆਪਣੇ ਘਰ ਨੂੰ ਨਹੀਂ ਪਾਲਦਾ, ਆਪਣੇ ਘਰ ਦੀ ਖੋਜ ਨਹੀਂ ਕਰਦਾ। ਹੁਣ ਆਪਣਾ ਘਰ ਹੈ ਗੁਰਮੁਖ ਪਿਆਰਿਓ, ਨਿੱਜ ਘਰ, ਥਿਰ ਘਰ, ਸਹਿਜ ਘਰ। ਹੁਣ ਸਹਿਜ ਘਰ ਦੇ ਵਿੱਚ, ਨਿੱਜ ਘਰ ਦੇ ਵਿੱਚ ਜਿੱਥੇ ਆਪਣਾ ਮਾਤਾ ਪਿਤਾ ਬੈਠਾ ਹੈ, ਜਿਸ ਨੂੰ ਮਹਾਰੇ ਸੱਚੇ ਪਾਤਸ਼ਾਹ ਦੱਸੇ ਨੇ ਬਾਪ ਹਮਾਰਾ ਸਾਧ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਕੁਟੁੰਬ ਹਮਾਰਾ ਨਿੱਜ ਘਰ ਵਾਸੀ। ਅਸੀਂ ਸਾਰੇ ਨਿੱਜ ਘਰ ਦੇ ਰਹਿਣ ਵਾਲੇ ਹਾਂ, ਲੇਕਿਨ ਨਿੱਜ ਘਰ ਵਿੱਚ ਜਾਣ ਦਾ ਰਸਤਾ ਇਹ ਮਨ ਪੁੱਲਾ ਹੋਇਆ ਹੈ ਅਤੇ ਕਿੱਥੇ ਬੈਠਾ ਹੈ? ਪੰਜ ਚੋਰ ਚੰਚਲ ਚਿੱਤ ਚੱਲੇ, ਪਰ ਘਰ ਜੋ ਹੈ ਦੂਸਰੇ ਦੇ ਘਰ ਵਿੱਚ, ਘਰ ਨਹੀਂ ਪਾਲੇ, ਕਾਇਆ ਨਗਰ, ਢਹਿ ਢਹਿ ਢੇਰੀ, ਬਿਨ ਨਾਵੇਂ ਪਤ ਜਾਈ ਹੈ। ਹੁਣ ਦੂਸਰੇ ਦੇ ਘਰ ਵਿੱਚ ਬੈਠਾ ਹੋਇਆ ਅਤੇ ਆਪਣੇ ਘਰ ਨਹੀਂ ਜਾਂਦਾ, ਅਤੇ ਮਾਤਾ ਪਿਤਾ ਦੇਖਦੇ ਨੇ ਕਿ ਮਨ ਦੀ ਕੀ ਅਵਸਥਾ ਹੈ, ਵੀ ਕਿੰਨਾ ਸਮਾਂ ਹੋ ਗਿਆ ਇਹ ਮਨ ਜਿਹੜਾ ਹੈ, ਬੱਚਾ ਜਿਹੜਾ ਹੈ ਆਪਣੇ ਘਰ ਨਹੀਂ ਆਉਂਦਾ, ਅਤੇ ਸਾਰਾ ਦਿਨ ਕਿੱਥੇ ਤੁਰਿਆ ਫਿਰਦਾ ਹੈ ਇਹਨਾਂ ਦੇ ਨਾਲ। ਕਦੇ ਇਸ ਨੂੰ ਇਹ ਕਿਰਸਾਨਾਂ ਦਾ ਰੂਪ ਧਾਰਨ ਕਰਕੇ ਰਜੋਗੁਣ 'ਤੇ ਲੈ ਜਾਂਦੇ ਨੇ, ਉੱਥੇ ਜਾ ਕੇ ਇਹਦੇ ਨਾਲ ਧੋਖਾ ਕਰ ਲੈਂਦੇ ਨੇ, ਅਤੇ ਕਦੇ ਇਸ ਨੂੰ ਠੱਗਾਂ ਦਾ ਰੂਪ ਧਾਰਨ ਕਰਕੇ ਤਮੋਗੁਣ 'ਤੇ ਲੈ ਜਾਂਦੇ ਨੇ, ਉੱਥੇ ਇਹਦੇ ਨਾਲ ਧੋਖਾ ਹੁੰਦਾ ਹੈ, ਅਤੇ ਕਦੇ ਇਹਨੂੰ ਚੋਰ ਬਣ ਕੇ ਸਤੋ ਗੁਣ 'ਤੇ ਲਿਆ ਕੇ ਲੁੱਟ ਲੈਂਦੇ ਨੇ। ਇਹਨੂੰ ਇਹਨਾਂ ਦੀ ਪਹਿਚਾਣ ਨਹੀਂ ਆਉਂਦੀ, ਅਤੇ ਜਿਸ ਤਰ੍ਹਾਂ 84 ਲੱਖ ਜਿਹੜੀ ਜੂਨ ਹੈ, ਅਤੇ 84 ਲੱਖ ਜੂਨ ਨੂੰ ਇਹਨਾਂ ਪੰਜਾਂ ਨੇ ਜਿੱਤਿਆ ਹੋਇਆ ਹੈ, ਇਸੇ ਤਰ੍ਹਾਂ ਇਸ ਮਾਨਸ ਜਾਮੇ ਦੇ ਵਿੱਚ ਜਿੰਨੇ ਵੀ ਮਨ ਆਏ ਨੇ ਅਤੇ ਸਾਰੇ ਨੂੰ ਠੱਗਿਆ ਜਾ ਰਿਹਾ ਹੈ। ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਤੋਂ ਜਿੱਤਣਾ ਹੈ, ਅਸੀਂ ਕੋਸ਼ਿਸ਼ ਕਰਨੀ ਕਿ ਆਪਣੇ ਘਰ ਜਾਣਾ ਹੈ, ਲੇਕਿਨ ਮਨ ਨੂੰ ਇਸ ਤਰੀਕੇ ਦੇ ਨਾਲ ਇਹ ਤਮਾਸ਼ਾ ਕਰਕੇ ਦਿਖਾਉਂਦੇ ਨੇ, ਮਨ ਇਸ ਤਮਾਸ਼ੇ ਦੇ ਵਿੱਚ ਉਲਝ ਜਾਂਦਾ ਹੈ, ਅਤੇ ਕਿੱਥੇ ਤਮਾਸ਼ਾ ਕਰਦੇ ਨੇ ਇਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਨੇ। ਜਦੋਂ ਮਨ ਰਜੋਗੁਣ 'ਤੇ ਹੁੰਦਾ ਹੈ ਅਤੇ ਕਿਵੇਂ ਇਹਦੇ ਨਾਲ ਧੋਖਾ ਹੁੰਦਾ ਹੈ, ਕਿਹੜਾ ਤਮਾਸ਼ਾ ਹੋ ਰਿਹਾ ਹੈ। ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਹੁਣ ਕਾਲ ਨੇ ਕਿਸ ਤਰ੍ਹਾਂ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਜਿਹੜਾ ਰਜੋ ਗੁਣ ਹੈ ਉਹਨੂੰ ਬ੍ਰਹਮਾ ਕਹਿੰਦੇ ਨੇ, ਕਿਉਂਕਿ ਪਾਉਣ ਤੋਂ ਪ੍ਰਗਟ ਹੁੰਦਾ ਹੈ। ਜਿਹੜਾ ਸਦੋ ਗੁਣ ਹੈ ਉਸਨੂੰ ਬਿਸ਼ਨ ਕਹਿੰਦੇ ਨੇ, ਪਾਣੀ ਤੋਂ ਗੁਣ ਪੈਦਾ ਹੁੰਦਾ ਹੈ, ਅਤੇ ਜਿਹੜਾ ਮਹੇਸ਼ ਹੈ ਤਮੋ ਗੁਣ ਨੂੰ ਕਹਿੰਦੇ ਨੇ, ਅਗਨ ਤੱਤ ਤੋਂ ਪੈਦਾ ਹੁੰਦਾ ਹੈ। ਪਾਉਣ ਪਾਣੀ ਅਗਨੀ ਤਿੰਨ ਕੀਆ, ਬ੍ਰਹਮਾ ਬਿਸ਼ਨ ਮਹੇਸ਼ ਆਕਾਰ।
ਇਹ ਜਿਹੜੇ ਤਿੰਨੇ ਗੁਣ ਨੇ ਇਹ ਸਾਡੇ ਅੰਦਰ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਸ ਓਪਤ ਸਭ ਸੰਸਾਰਾ ਕਰਤੇ ਆਪਣਾ ਖੇਲ ਰਚਾਇਆ ਆਵਾਗਮਨ ਪਸਾਰਾ। ਹੁਣ ਜਦੋਂ ਮਨ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਆਉਂਦਾ ਹੈ ਇਹ ਕਾਲ ਦੇ ਜਿਹੜੇ ਤ੍ਰੈ ਗੁਣ ਨੇ ਇਹ ਤਮਾਸ਼ਾ ਕਰਦੇ ਨੇ ਅਤੇ ਜਿਸ ਤਮਾਸ਼ੇ ਦੇ ਵਿੱਚ ਮਨ ਉਲਝ ਜਾਂਦਾ ਹੈ ਤਾਂ ਤਮਾਸ਼ਾ ਕਿਹੜਾ ਹੈ? ਉਹ ਵਿਚਾਰਾਂ ਦਾ ਤਮਾਸ਼ਾ ਹੈ, ਵਿਚਾਰਾਂ ਦਾ ਖੇਲ ਹੈ। ਹੁਣ ਅਸੀਂ ਸਾਰੇ ਇੱਕ ਹੀ ਘਰ ਵਿੱਚੋਂ ਇੱਕ ਹੀ ਮਾਤਾ ਪਿਤਾ ਦੇ ਕੋਲ ਆਉਂਦੇ ਹਾਂ ਅਤੇ ਇੱਕ ਹੀ ਸਾਡਾ ਸਾਰਿਆਂ ਦਾ ਸਰੂਪ ਹੈ, ਅਸੀਂ ਸਾਰੇ ਹੀ ਜੋਤ ਸਰੂਪ ਹਾਂ। ਮਾਰੇ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਨੇ ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ। ਜਿੰਨੇ ਵੀ ਆਪਾਂ ਜੀਵ ਹਾਂ ਸਾਰਿਆਂ ਦੇ ਅੰਦਰ ਇੱਕਾ ਹੀ ਮਨ ਹੈ, ਜੋਤ ਹੈ। ਏਕਾ ਜੋਤ ਵਰਤੇ ਸਾ ਭਿੰਨ ਭਿੰਨ, ਜੋਤ ਨਾ ਰਲੇ ਕਿਸੇ ਦੀ ਰਲਾਈਆ। ਹੁਣ ਜਿਸ ਤਰ੍ਹਾਂ ਆਪਾਂ ਇੱਥੇ ਆ ਗਏ, ਮਨ ਆ ਗਿਆ ਅਤੇ ਕਿਵੇਂ ਤਮਾਸ਼ਾ ਕਰਦੇ ਨੇ, ਸਾਡਾ ਧਿਆਨ ਬਦਲਦੇ ਨੇ, ਵਿਚਾਰਾਂ ਦੇ ਵਿੱਚ ਪਾ ਦਿੰਦੇ ਨੇ। ਜਿਸ ਤਰ੍ਹਾਂ ਇੱਕ ਔਰਤ ਹੈ, ਮਰਦ ਹੈ, ਵਿਚਾਰਾਂ ਦੇ ਵਿੱਚ ਪਾ ਕੇ ਦੋਵਾਂ ਦੇ ਵਿਚਾਰਾਂ ਦਾ ਟਕਰਾਅ ਕਰਦੇ ਨੇ, ਮਨ ਦੇ ਅੰਦਰ ਕਲੇਸ਼ ਆਉਂਦਾ ਹੈ। ਇਸੇ ਤਰ੍ਹਾਂ ਪਰਿਵਾਰ ਦੇ ਦੂਸਰੇ ਜੀਅ ਨੇ, ਉਹਨਾਂ ਦੇ ਵਿਚਾਰਾਂ ਦੇ ਵਿੱਚ ਟਕਰਾਅ ਕਰਦੇ ਨੇ, ਕਲੇਸ਼ ਪੈਦਾ ਹੁੰਦਾ ਹੈ। ਜਦੋਂ ਵਿਚਾਰਾਂ ਦਾ ਟਕਰਾਅ ਹੋ ਗਿਆ, ਕਲੇਸ਼ ਆ ਗਿਆ ਅਤੇ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ। ਇਹ ਜਿਹੜਾ ਕ੍ਰੋਧ ਹੈ ਅਤੇ ਕ੍ਰੋਧ ਆਪਸ ਵਿੱਚ ਲੜਦੇ ਨੇ, ਤਮਾਸ਼ਾ ਹੁੰਦਾ ਹੈ। ਉਹ ਉਹਨੂੰ ਮਾੜਾ ਸ਼ਬਦ ਬੋਲਦਾ ਹੈ, ਉਹ ਦੂਸਰੇ ਨੂੰ ਮਾੜਾ ਸ਼ਬਦ ਬੋਲਦਾ ਹੈ ਅਤੇ ਕਲੇਸ਼ ਪੈਦਾ ਹੁੰਦਾ ਹੈ। ਇਹਦੇ ਵਿੱਚ ਦੁਖੀ ਹੁੰਦਾ ਹੈ ਮਨ। ਹੁਣ ਕਈ ਦਫ਼ਾ ਤੁਸੀਂ ਦੇਖੋ, ਦੋ ਜਣੇ ਆਪਸ ਵਿੱਚ ਲੜਦੇ ਹੋਣਗੇ ਅਤੇ ਤੁਸੀਂ ਉਹਨੂੰ ਪੁੱਛੋ ਵੀ ਤੂੰ ਕਿਉਂ ਲੜਿਆ ਉਹਦੇ ਨਾਲ? ਉਹ ਆਉਂਦਾ, ਇਹਨੇ ਮੈਨੂੰ ਮਾੜਾ ਸ਼ਬਦ ਬੋਲਿਆ ਅਤੇ ਮੈਨੂੰ ਗੁੱਸਾ ਆ ਗਿਆ, ਕ੍ਰੋਧ ਆ ਗਿਆ। ਉਹ ਆਉਂਦਾ, ਇਹਨੇ ਮੈਨੂੰ ਮਾੜਾ ਸ਼ਬਦ ਬੋਲਿਆ ਅਤੇ ਕ੍ਰੋਧ ਆ ਗਿਆ। ਹੁਣ ਕ੍ਰੋਧ ਕ੍ਰੋਧ ਆਪਸ ਵਿੱਚ ਲੜ ਪਏ, ਹੁਣ ਕ੍ਰੋਧ ਕ੍ਰੋਧ ਲੜ ਰਹੇ ਨੇ, ਤਮਾਸ਼ਾ ਸ਼ੁਰੂ ਹੋ ਗਿਆ ਹੈ, ਬੋਲੀ ਜਾ ਰਹੇ ਨੇ। ਇਸੇ ਤਰ੍ਹਾਂ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਇਸੇ ਤਰ੍ਹਾਂ ਹੀ ਇਹ ਕਾਮ ਅਤੇ ਆਪਸ ਵਿੱਚ ਲੜਾਈ ਝਗੜਾ ਹੁੰਦਾ ਹੈ। ਇਸ ਤਰ੍ਹਾਂ ਹੀ ਹਉਮੈ ਦਾ ਹੁੰਦਾ ਹੈ। ਹਉਮੈ ਦੇ ਵਿੱਚ ਤੁਸੀਂ ਸੈਰ ਸਭਾ ਜਾਓ, ਹਉਮੈ ਦੇ ਵਿੱਚ ਹੀ ਲੜਦੇ ਨੇ ਸਾਰੇ। ਕਿੱਡਾ ਵੱਡਾ ਯੁੱਧ ਹੋਇਆ ਕੈਰਾਂ ਅਤੇ ਪਾਂਡਾਂ ਦਾ, ਹਉਮੈ ਦੇ ਵਿੱਚ ਹੋ ਗਿਆ। ਛੋਟੀ ਜਿਹੀ ਉਦਾਹਰਨ ਦੇ ਦਿੰਦੇ ਹਾਂ, ਤੁਹਾਡੇ ਲਾਗੂ ਕੋਈ ਗੱਡੀ ਭਜਾ ਕੇ ਨਿਕਾਲੇ ਅੱਗੇ, ਅਤੇ ਤੁਹਾਡੀ ਗੱਡੀ ਕਿਸੇ ਦੀ ਵੱਡੀ ਹੈ, ਉਹ ਵੀ ਰੇਸ ਦਿੰਦਾ ਹੈ, ਹਉਮੈ ਵਿੱਚ ਆਉਂਦਾ ਹੈ। ਹਉਮੈ ਅਤੇ ਹਉਮੈ ਆਪਸ ਵਿੱਚ ਲੜਦੇ ਨੇ ਅਤੇ ਕੌਣ ਲੜ ਰਹੇ ਨੇ? ਕਹੋ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਹੁਣ ਇਹ ਜਿਹੜੇ ਪੰਜੇ ਜਣੇ ਨੇ ਉਹ ਤਮਾਸ਼ਾ ਕਰਦੇ ਨੇ, ਜਦੋਂ ਤਮਾਸ਼ਾ ਕਰਦੇ ਨੇ ਝਗੜਾ ਪੈਂਦਾ, ਕਲੇਸ਼ ਹੁੰਦਾ ਹੈ। ਕਲੇਸ਼ ਦੇ ਵਿੱਚ ਇੱਕ ਦੂਸਰੇ ਨੂੰ ਬੋਲ ਬੋਲੇ ਜਾਂਦੇ ਨੇ ਅਤੇ ਮਨ ਜਿਹੜਾ ਇਸ ਤਮਾਸ਼ੇ ਦੇ ਵਿੱਚ ਫਸ ਜਾਂਦਾ ਹੈ ਅਤੇ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ। ਉਹ ਚੰਗਾ ਭਲਾ ਜਿਸ ਔਰਤ ਨੂੰ ਉਸਨੇ ਆਪਣੇ ਘਰ ਵਿਆਹ ਕੇ ਲਿਆਂਦਾ, ਲੱਖਾਂ ਰੁਪਈਆ ਲਾਇਆ, ਉਹਦੇ ਨਾਲ ਹੀ ਕਲੇਸ਼ ਪੈ ਗਿਆ, ਲੜਾਈ ਪੈ ਗਈ।
ਘਰ ਦੇ ਵਿੱਚ ਬੱਚੇ ਨੇ ਜਨਮ ਲਿਆ 17-18 ਸਾਲ, ਬੱਚੇ ਨੂੰ ਪਾਲਦੇ ਰਹੇ ਪੋਸਦੇ ਰਹੇ, ਨਿੱਕਾ ਜਿਹਾ ਸ਼ਬਦ ਦੀ ਚੋਟ ਵੱਜੀ ਅਤੇ ਬੱਚੇ ਦੇ ਨਾਲ ਲੜਾਈ ਹੋ ਗਈ। ਭਰਾ ਭਰਾ ਇਕੱਠੇ ਜੰਮੇ ਨੇ, ਪਲੇ ਨੇ, ਇੱਕ ਥਾਂ ਦੇ ਉੱਪਰ ਕਾਲੇ ਇਹੋ ਜਿਹਾ ਤਮਾਸ਼ਾ ਕੀਤਾ, ਇੱਕ ਦੂਸਰੇ ਨੂੰ ਵੇਖਣਾ ਨਹੀਂ ਪਸੰਦ ਕਰਦੇ। ਐਸਾ ਸਾਰਾ ਜਿਹੜਾ ਸੰਸਾਰ ਹੈ ਉਹ ਕਾਲ ਨੇ ਤਮਾਸ਼ੇ ਵਿੱਚ ਉਲਝਾਇਆ ਹੋਇਆ ਹੈ। ਤਾਂ ਪਾਤਸ਼ਾਹ ਬਾਣੀ 'ਚ ਦੱਸਦੇ ਨੇ, ਕਲਯੁਗ ਮੇਂ ਧੜੇ 5 ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਹੁਣ ਇਸ ਤਰ੍ਹਾਂ ਇਹ ਸਾਰੇ ਪਾਸੇ ਕਾਲ ਨੇ ਇਹ ਤਮਾਸ਼ਾ ਸ਼ੁਰੂ ਕੀਤਾ ਹੋਇਆ ਹੈ ਅਤੇ ਸਾਰੇ ਇਸ ਤਮਾਸ਼ੇ ਦੇ ਵਿੱਚ ਉਲਝ ਚੁੱਕੇ ਨੇ, ਧੜੇ ਬਣ ਚੁੱਕੇ ਨੇ, ਕਲੇਸ਼ ਹੈ। ਇਸ ਤਮਾਸ਼ੇ ਦੇ ਵਿੱਚ ਮਨ ਦੁਖੀ ਹੋ ਰਿਹਾ ਹੈ। ਹੁਣ ਐਸੀ ਅਵਸਥਾ ਵਿੱਚ ਜਦੋਂ ਗੁਰੂ ਦੇਖਦਾ ਹੈ, ਜਿਹੜਾ ਪੂਰਾ ਗੁਰੂ ਹੈ ਉਹ ਸਹੀ ਗਾਈਡ ਕਰੇਗਾ, ਅਤੇ ਜੇ ਕਾਲ ਨੇ ਆਪਣੇ ਇਲਾਕੇ ਦੇ ਵਿੱਚ ਗੁਰੂ ਬਣਾਇਆ ਹੋਇਆ ਅਧੂਰਾ ਗੁਰੂ, ਜਿਸ ਨੂੰ ਕਈ ਦਫ਼ਾ ਅਨਾੜੀ ਸੰਤ ਕਹਿੰਦੇ ਨੇ, ਉਹ ਜੀਵਨ ਹੋਰ ਭਰਮ ਦੇ ਵਿੱਚ ਪਾ ਦੇਗਾ। ਤੁਸੀਂ ਆਮ ਹੀ ਦੇਖਦੇ ਹੋ, ਜਦੋਂ ਕਲੇਸ਼ ਪੈਂਦਾ ਹੈ ਮਨ ਦੇ ਅੰਦਰ, ਵਿਚਾਰਾਂ ਦਾ ਟਕਰਾਅ ਹੁੰਦਾ ਹੈ ਅਤੇ ਕਲੇਸ਼ ਪੈਣ ਦੇ ਨਾਲ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ, ਵਿਘਨ ਕਰਕੇ ਇੱਕ ਦੂਸਰੇ ਨਾਲ ਦੁਬਿਧਾ ਪੈਦਾ ਹੋ ਗਈ, ਮਨ ਅਸ਼ਾਂਤ ਹੋ ਗਿਆ, ਵਿਚਾਰ ਵੱਧ ਜਾਂਦੇ ਨੇ। ਜਦੋਂ ਮਨ ਦੇ ਵਿਚਾਰ ਵੱਧ ਗਏ, ਇਹ ਜਿਹੜਾ ਸਰੀਰ ਹੈ ਤੱਤਾਂ ਦਾ ਬਣਿਆ ਹੋਇਆ, ਇਹ ਤੱਤਾਂ ਦੇ ਵਿੱਚ ਵਾਧ ਘਾਟ ਆਉਣ ਲੱਗ ਜਾਂਦੀ ਹੈ, ਭਾਵ ਕਿ ਸਰੀਰ ਦੇ ਵਿੱਚ ਕੋਈ ਨਾ ਕੋਈ ਰੋਗ ਫੈਲਣਾ ਸ਼ੁਰੂ ਕਰ ਦਿੰਦਾ ਹੋ ਜਾਂਦਾ ਹੈ। ਮੈਡੀਕਲ ਸਾਇੰਸ ਇਸ ਚੀਜ਼ ਨੂੰ ਮੰਨ ਚੁੱਕੀ ਹੈ ਕਿ ਜਦੋਂ ਤੁਸੀਂ ਨੈਗੇਟਿਵ ਸੋਚਦੇ ਹੋ, ਨਕਾਰਾਤਮਕ ਸੋਚਦੇ ਹੋ, ਤੁਹਾਡੇ ਅੰਦਰ ਇੱਕ ਇਹੋ ਜਿਹਾ ਰਸਾਇਣ ਪੈਦਾ ਹੁੰਦਾ ਹੈ, ਇੱਕ ਲਿਕੁਇਡ ਪੈਦਾ ਹੁੰਦਾ ਹੈ, ਜਿਹੜਾ ਤੁਹਾਡੇ ਬਾਡੀ ਦੇ ਸਰੀਰ ਦੇ ਇਹ ਅੱਛੇ ਤੱਤ ਨੇ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ। ਜ਼ਿਆਦਾਤਰ ਜਿਸ ਤਰ੍ਹਾਂ ਕੈਂਸਰ ਦਾ ਰੋਗ ਹੈ ਉਹ ਨੈਗੇਟਿਵਿਟੀ ਤੋਂ ਪੈਦਾ ਹੁੰਦਾ ਹੈ, ਉਹਨਾਂ ਨੂੰ ਜ਼ਿਆਦਾ ਹੈ ਜਿਹਨਾਂ ਦੀ ਸੋਚ ਜ਼ਿਆਦਾ ਹੈ, ਜਿਨ੍ਹਾਂ ਦੇ ਜ਼ਿਆਦਾ ਵਿਚਾਰ ਵਧੇ ਹੋਏ ਨੇ, ਟੈਨਸ਼ਨ ਹੈ, ਮਨ ਹਰ ਵਕਤ ਚਿੰਤਾ ਵਿੱਚ ਰਹਿੰਦਾ ਹੈ, ਅਤੇ ਚਿੰਤਾ ਵਿੱਚ ਰਹਿਣ ਕਰਕੇ ਉਹ ਰਸਾਇਣ ਜਿਹੜਾ ਹੈ ਤੇਜ਼ਾਬੀ ਮਾਦਾ ਟੌਕਸਿਕ ਜਿਹੜਾ ਏਅਰ ਹੈ ਪੈਦਾ ਹੁੰਦਾ ਹੈ, ਉਹਦੇ ਨਾਲ ਸਰੀਰ ਦੇ ਵਿੱਚ ਕਈ ਪ੍ਰਕਾਰ ਦੇ ਰੋਗ ਫੈਲਦੇ ਨੇ। ਹੌਲੀ ਹੌਲੀ ਤਨ ਰੋਗੀ ਹੁੰਦਾ ਹੈ ਅਤੇ ਜੀਵ ਸਮਝਦਾ ਹੈ ਕਿ ਪਤਾ ਨਹੀਂ ਕੀ ਗੱਲ ਹੋ ਗਈ। ਉਹ ਅੱਜ ਕੱਲ੍ਹ ਅਨਾੜੀ ਸੰਤਾਂ ਦੇ ਕੋਲ ਕੋਸ਼ਿਸ਼ ਕਰਦੇ ਨੇ, ਕਾਲ ਦੇ ਸੰਤਾਂ ਕੋਲ, ਅਤੇ ਉਹ ਜਦੋਂ ਜੀਵ ਜਾਣਦਾ ਹੈ ਵੀ ਮਨ ਬੜਾ ਪਰੇਸ਼ਾਨ ਹੈ, ਅਸ਼ਾਂਤ ਹੈ, ਉਹਨੂੰ ਹੋਰ ਭਰਮ ਦੇ ਵਿੱਚ ਪਾਉਂਦੇ ਨੇ ਕਿ ਤੈਨੂੰ ਕਿਸੇ ਨੇ ਕੁਝ ਕੀਤਾ ਹੋਇਆ ਹੈ, ਇੱਥੇ ਤਾਂ ਤੁਹਾਡੀ ਲਾਈਫ ਥੋੜ੍ਹੀ ਬਿਜ਼ੀ ਹੈ ਕਿਉਂਕਿ ਸਾਰੇ ਤੁਸੀਂ ਕੰਮ ਕਰਦੇ ਹੋ। ਜਿਹੜੇ ਅਰਧ ਵਿਕਾਸਸ਼ੀਲ ਦੇਸ਼ ਨੇ ਜਿੱਥੇ ਸਿਰਫ ਘਰ ਦਾ ਇੱਕ ਮੈਂਬਰ ਕੰਮ ਕਰਦਾ, ਬਾਕੀ ਸਾਰੇ ਘਰ ਵਿੱਚ ਰਹਿੰਦੇ ਨੇ, ਉਹਨਾਂ ਦੇ ਜ਼ਿਆਦਾ ਵਿਚਾਰ ਵੱਧਦੇ ਨੇ ਅਤੇ ਵਿਚਾਰ ਵਧਣ ਕਰਕੇ ਟਕਰਾਅ ਹੁੰਦਾ ਹੈ, ਮਨ ਦੇ ਕਲੇਸ਼ ਪੈਦਾ ਹੁੰਦਾ ਹੈ, ਨੈਗੇਟਿਵਿਟੀ ਹੁੰਦੀ ਹੈ, ਡਿਪਰੈਸ਼ਨ ਹੁੰਦਾ ਹੈ। ਉਹ ਸਮਝਦੇ ਨੇ ਕਿ ਪਤਾ ਨਹੀਂ ਕੀ ਗੱਲ ਹੋ ਗਈ, ਉਹਨਾਂ ਨੂੰ ਮਨ ਦਾ ਤਾਂ ਪਤਾ ਨਹੀਂ,
ਉਹ ਅਨਾੜੀ ਸੰਤ ਜਿਹੜੇ ਇਹਨਾਂ ਨੂੰ ਭਰਮੇ 'ਚ ਪਾਉਂਦੇ ਨੇ ਕਿ ਤੁਹਾਨੂੰ ਕੋਈ ਭੂਤ ਚਿੰਬੜਿਆ ਹੈ, ਪ੍ਰੇਤ ਚਿੰਬੜਿਆ ਹੈ, ਤੁਹਾਡੇ ਘਰ ਦੇ ਵਿੱਚ ਕੋਈ ਪੀਰ ਰਹਿੰਦਾ ਹੈ। ਐਸੀ ਅਵਸਥਾ ਦੇ ਵਿੱਚ ਬਹੁਤ ਸਾਰੇ ਜੀਵ ਇਹਦਾ ਸ਼ਿਕਾਰ ਨੇ, ਉਹ ਮੰਨਦੇ ਨੇ। ਹਰ ਘਰ ਦੇ ਵਿੱਚ ਕੋਈ ਨਾ ਕੋਈ ਥਾਂ ਬਣ ਜਾਂਦੀ ਹੈ, ਜਗ੍ਹਾ ਬਣ ਜਾਂਦੀ ਹੈ, ਜਾਂ ਉਹ ਜੀਵ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਕਿ ਵਾਕਈ ਸਾਡਾ ਇਹ ਅਵਸਥਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕੋਈ ਉਹਨਾਂ ਨੂੰ ਬਾਹਰੋਂ ਨਹੀਂ ਕਿਸੇ ਨੇ ਪਕੜਿਆ ਹੋਇਆ। ਉਹਨਾਂ ਦਾ ਮਨ ਹੀ ਜਦੋਂ ਇਹਨਾਂ ਪੰਜਾਂ ਦਾ ਸਾਥੀ ਬਣ ਜਾਂਦਾ ਹੈ, ਉਹ ਮਨ ਹੀ ਪ੍ਰੇਤ ਬਣ ਜਾਂਦਾ ਹੈ ਅਤੇ ਮਨ ਨੂੰ ਇਹ ਦੁਖੀ ਕਰਦੇ ਨੇ ਕਲੇਸ਼ ਵਿੱਚ ਪਾ ਕੇ। ਅਤੇ ਮਹਾਰਾਜ ਕਹਿੰਦੇ ਨੇ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਫਿਰ ਮਨ ਦੁਖੀ ਹੁੰਦਾ ਹੈ, ਮਨ ਪਰੇਸ਼ਾਨ ਹੁੰਦਾ ਹੈ। ਅਤੇ ਜਦੋਂ ਮਨ ਦੁਖੀ ਹੋ ਜਾਂਦਾ ਹੈ, ਇਹ ਸਰੀਰ ਦੇ ਤੱਤ ਜਿਹੜੇ ਨੇ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ, ਦੁਖੀ ਹੋ ਜਾਂਦੇ ਨੇ। ਅਤੇ ਜਦੋਂ ਇਹ ਦੁਖੀ ਹੋ ਜਾਂਦਾ, ਪਰੇਸ਼ਾਨ ਹੈ, ਉਹਨੂੰ ਕੋਈ ਆਸਰਾ ਨਹੀਂ ਲੱਭਦਾ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਜਿਹੜਾ ਪੂਰਾ ਗੁਰੂ ਹੈ, ਵੀ ਕਿਵੇਂ ਤੁਸੀਂ ਇਸ ਕਲੇਸ਼ ਤੋਂ ਮੁਕਤ ਹੋ ਸਕਦੇ ਹੋ। ਤੁਹਾਡੇ ਤੁਹਾਡੇ ਘਰ ਵਿੱਚ ਜਿਨ੍ਹਾਂ ਨੇ ਕਲੇਸ਼ ਪਾਇਆ ਹੈ, ਪਹਿਲਾਂ ਤੁਸੀਂ ਉਹਨਾਂ ਨੂੰ ਬਾਹਰ ਕੱਢੋ, ਇਹਨਾਂ ਦੇ ਆਖੇ ਨਾਲ ਲੱਗੋ। ਤੁਸੀਂ ਇਹ ਤੁਹਾਡੇ ਨਾਲ ਧੋਖਾ ਕਰਦੇ ਨੇ, ਤੁਹਾਨੂੰ ਗਲਤ ਇਨਫੋਰਮੇਸ਼ਨ ਪਹੁੰਚਾਉਂਦੇ ਨੇ ਵੀ ਉਹ ਤੁਹਾਡੇ ਵਾਸਤੇ ਮਾੜਾ ਬੋਲਦਾ ਪਿਆ ਹੈ। ਤੁਹਾਡੇ ਤੁਹਾਨੂੰ ਕੌਣ ਮਾੜਾ ਬੋਲ ਸਕਦਾ ਹੈ? ਤੁਹਾਡਾ ਆਪਣਾ ਵਜੂਦ ਹੀ ਕੋਈ ਨਹੀਂ ਹੈ, ਤੁਹਾਡਾ ਤੁਹਾਡੇ ਵਿੱਚ ਹੈ ਹੀ ਕੁਝ ਨਹੀਂ ਹੈ, ਨਾ ਤਾਂ ਆਪਾਂ ਸਰੀਰ ਬਣਾਇਆ ਹੈ। ਇਹ ਜਿਹੜੀ ਜੋਤ ਅੰਦਰ ਹੈ, ਇਹ ਵੀ ਪਰਮਾਤਮਾ ਦੀ ਹੈ। ਮੇਰਾ ਮੁਝਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਵੀ ਤੁਹਾਨੂੰ ਕੌਣ ਮਾੜਾ ਬੋਲ ਰਿਹਾ ਹੈ? ਇਹ ਤੁਹਾਨੂੰ ਇੱਕ ਵੱਖਰੀ ਹੋਂਦ ਦਾ ਅਹਿਸਾਸ ਕਰਾਇਆ ਗਿਆ ਹੈ ਵੀ ਤੁਸੀਂ ਹੋ, ਤੁਸੀਂ ਤਾਂ ਹੈ ਹੀ ਨਹੀਂ ਹੋ। ਇਹ ਸਰੀਰ ਤੁਹਾਡਾ ਹੈ ਨਹੀਂ ਹੈ, ਇਹ ਘਰ ਤੁਹਾਡਾ ਹੈ ਨਹੀਂ ਹੈ। ਅਤੇ ਕੈਸੀ ਅਵਸਥਾ ਹੈ? ਆਉਂਦੇ ਸਤਿਗੁਰ ਮੋਕੋ ਦੀਆ ਉਪਦੇਸ਼, ਜੀਓ ਪਿੰਡ ਸਭ ਹਰ ਕਾ ਦੇਸ਼। ਮੇਰਾ ਤਾਂ ਮੇਰੇ ਵਿੱਚ ਕੁਝ ਨਹੀਂ ਹੈ, ਅਤੇ ਕੌਣ ਮੈਨੂੰ ਕਹਿ ਰਿਹਾ ਹੈ? ਇਹ ਭਰਮ ਹੈ ਇੱਕ। ਇਹ ਜਦੋਂ ਭਰਮ ਗੁਰੂ ਕੱਢਦਾ ਹੈ, ਫਿਰ ਉਹ ਦੱਸਦਾ ਵੀ ਇਹਨੂੰ ਸਮਝਣ ਵਾਸਤੇ ਅਤੇ ਇਹਨਾਂ ਤੋਂ ਖਹਿੜਾ ਛਡਾਉਣ ਵਾਸਤੇ ਮਨ ਨੂੰ ਉਸ ਅਵਸਥਾ ਵਿੱਚ ਲਿਜਾਣਾ ਹੈ। ਅਤੇ ਤੁਸੀਂ ਜਦੋਂ ਅਭਿਆਸ ਕਰੋਗੇ, ਮਨ ਨੂੰ ਉਸ ਅਵਸਥਾ ਵਿੱਚ ਲੈ ਕੇ ਜਾਓਗੇ, ਤਾਂ ਤੁਹਾਡਾ ਮਨ ਜਦੋਂ ਇੱਕ ਰੂਪ ਹੋ ਜਾਏਗਾ ਮਾਲਕ ਦੇ ਨਾਲ, ਇਹ ਤਮਾਸ਼ੇ ਦੇ ਵਿੱਚ ਨਹੀਂ ਉਲਝੇਗਾ। ਉੱਥੋਂ ਫਿਰ ਸਮਝਾਉਂਦੇ ਨੇ ਵੀ ਅਸਲੀ ਸਿਆਣਾ ਕੌਣ ਹੈ? ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਜੋ ਆਪਣੇ ਮਨ ਦਾ ਬੋਧ ਕਰਦਾ ਹੈ, ਮਨ ਦਾ ਪਿਛੋਕੜ ਕੀ ਹੈ। ਅਸੀਂ ਕੌਣ ਹਾਂ? ਅਸੀਂ ਸਰੀਰ ਨਹੀਂ ਹਾਂ, ਅਸੀਂ ਸਾਰੇ ਪ੍ਰਕਾਸ਼ ਰੂਪ ਹਾਂ, ਜੋਤ ਸਰੂਪ ਹਾਂ। ਜਦੋਂ ਇਸ ਚੀਜ਼ ਦਾ ਬੋਧ ਹੋ ਗਿਆ ਤਾਂ ਪਤਾ ਲੱਗ ਗਿਆ ਵੀ ਮੈਨੂੰ ਨਹੀਂ ਕੁਝ ਮਾੜਾ ਕਹਿ ਸਕਦਾ, ਤਾਂ ਕਲੇਸ਼ ਹੀ ਖਤਮ ਹੋ ਗਿਆ ਉੱਥੇ। ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਤਾਂ ਕਿਵੇਂ ਬੋਧ ਕਰਨਾ ਹੈ, ਕਿਵੇਂ ਜਾਣਕਾਰੀ ਹੋਏਗੀ? ਰਾਮ ਨਾਮ ਆਤਮੇ ਸੁਧ ਹੈ। ਜੋ ਅੰਦਰ ਆਤਮਾ ਰਾਮ ਹੈ, ਜਦੋਂ ਉਹਦੇ ਨਾਲ ਮਨ ਜੁੜੇਗਾ, ਅਤੇ ਜਦੋਂ ਉਹਦੇ ਨਾਲ ਮਨ ਜੁੜ ਗਿਆ ਤਾਂ ਮਰ ਕਹਿੰਦੇ ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਅਵਦੇਹ ਜਗ ਜੀਵੈ। ਹਰ ਕੀ ਕਥਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨਾਮ।
ਉੱਥੋਂ ਫਿਰ ਇਹ ਕਲੇਸ਼ ਮੁਕਤ ਹੋ ਜਾਂਦਾ, ਫਿਰ ਮਨ ਤਮਾਸ਼ੇ ਵਿੱਚ ਨਹੀਂ ਜਾਂਦਾ। ਇਸ ਅਵਸਥਾ ਦੇ ਵਿੱਚ ਆਪਾਂ ਪ੍ਰਵੇਸ਼ ਕਰਨਾ ਹੈ ਜੋ ਮਾਰੇ ਦਾ ਹੁਕਮ ਹੈ, ਜੇ ਤੁਸੀਂ ਇੱਥੇ ਸੁਖੀ ਹੋਣਾ ਚਾਹੁੰਦੇ ਹੋ ਤਾਂ। ਜੇ ਤਮਾਸ਼ੇ ਵਿੱਚ ਲੱਗਣਾ ਹੈ, ਤਮਾਸ਼ਾ ਚੱਲ ਰਿਹਾ ਹੈ, 84 ਲੱਖ ਜੂਨ ਸਾਰੀ ਤਮਾਸ਼ੇ ਦੇ ਵਿੱਚ ਹੈ, ਅਤੇ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ, ਸੋ ਜੀਓ ਨਾ ਵੱਜਦਾ ਜਿਨ ਅੱਲੋ ਕਰਦਾ ਸਾਰ। ਅਤੇ ਕਿਵੇਂ ਵੱਜਣਾ ਹੈ ਉਹ ਫਿਰ ਮਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹਿਰ ਪਾਵੋ। ਸਿਮਰਨ ਕਰਨਾ ਪਏਗਾ, ਮਨ ਦਾ ਕਲੇਸ਼ ਵੀ ਦੂਰ ਹੋ ਜਾਏਗਾ, ਇਹ ਜਿਹੜਾ ਤਨ ਹੈ ਇਹਦਾ ਰੋਗ ਵੀ ਦੂਰ ਹੋ ਜਾਏਗਾ। ਇਹ ਜਿਹੜਾ ਤਨ ਦਾ ਰੋਗ ਹੈ, ਜਿਸ ਤਰ੍ਹਾਂ ਹੁਣ ਰੋਗ ਲੱਗ ਗਿਆ ਕੋਈ ਮੈਡੀਕਲ ਆਪਾਂ ਦਵਾਈ ਖਾਂਦੇ ਹਾਂ, ਅਤੇ ਮੈਡੀਕਲ ਸਾਇੰਸ ਨੇ ਇਹ ਵੀ ਖੋਜ ਕੀਤੀ ਹੈ ਕਿ ਜਿਹੜੇ ਮੈਡੀਟੇਸ਼ਨ ਕਰਦੇ ਨੇ ਉਹਨਾਂ ਦੇ ਉੱਪਰ ਇਹ ਦਵਾਈ ਛੇਤੀ ਅਸਰ ਕਰਦੀ ਹੈ। ਜੇ ਜ਼ਿਆਦਾ ਵਿਚਾਰ ਨੇ ਉਸ ਤਰ੍ਹਾਂ ਸਰੀਰ ਦਾ ਇਲਾਜ ਕਰੀ ਜਾਓਗੇ ਤਾਂ ਇਹ ਦਵਾਈ ਅਸਰ ਨਹੀਂ ਕਰੇਗੀ। ਇਹ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਵੀ ਆਪਾਂ ਨੂੰ ਦੱਸਿਆ ਹੈ। ਮਰ ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨ ਭੋਲੇ ਦਾਰੂ ਲਾਏ। ਵੀ ਤੂੰ ਸਰੀਰ ਦਾ ਤਾਂ ਇਲਾਜ ਕਰੀ ਜਾਂਦਾ ਅਤੇ ਮਨ ਦਾ ਤਾਂ ਇਲਾਜ ਨਹੀਂ ਕਰਦਾ। ਹੁਣ ਪਹਿਲਾਂ ਅਸੀਂ ਮਨ ਦਾ ਇਲਾਜ ਕਰਨਾ ਹੈ, ਅਤੇ ਮਨ ਦਾ ਵੈਦ ਹੈ ਗੁਰੂ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੰਦਾ। ਅਤੇ ਗੁਰੂ ਫਿਰ ਸਾਨੂੰ ਸ਼ਬਦ ਦਿੰਦਾ ਹੈ ਕਿਵੇਂ ਤੁਸੀਂ ਇਹ ਬੰਧਨ ਕੱਟਣੇ ਨੇ, ਕਿਵੇਂ ਤੁਸੀਂ ਇਹਨਾਂ ਤੋਂ ਬਚਣਾ ਹੈ, ਅਤੇ ਉਹ ਫਿਰ ਕਹਿੰਦਾ ਸਿਮਰਨ ਕਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹਿ ਮਿਟਾਓ। ਆਓ ਫਿਰ ਆਪਾਂ ਸਾਰੇ ਜਣੇ, ਜੋ ਤੁਹਾਡਾ ਸਮਾਂ ਰਹਿ ਗਿਆ ਹੈ, ਇਹ ਜ਼ਰੂਰੀ ਹੈ ਹਰ ਇੱਕ ਵਾਸਤੇ, ਕਿਉਂਕਿ ਸਿਰਫ ਗੱਲਾਂ ਦੇ ਨਾਲ ਨਹੀਂ ਹੋਏਗਾ, ਗੱਲੀ ਯੋਗ ਨਾ ਹੋਈ ਜੋ ਸਾਂ ਆਪਾਂ ਕਰੀ ਜਾਵਾਂਗੇ, ਇਹ ਸਾਨੂੰ ਅਭਿਆਸ ਕਰਨਾ ਪਏਗਾ, ਸਿਮਰਨ ਕਰਨਾ ਪਏਗਾ, ਅਤੇ ਫਿਰ ਮਨ ਇਸ ਕਲੇਸ਼ ਤੋਂ ਰਹਿਤ ਹੋ ਸਕਦਾ ਹੈ। ਆਓ ਸਾਰਿਆਂ ਨੇ ਬੈਖਰੀ ਬਾਣੀ ਵਿੱਚ ਜਪਣਾ ਹੈ, ਲੋਭ ਲੱਜਿਆ ਤੋਂ ਰਹਿਤ ਹੋ ਕੇ ਉੱਚੀ ਬੋਲ ਕੇ ਅਤੇ ਮਨ ਨੂੰ ਸੁੱਖ ਮਿਲੇਗਾ। ਕਰੋ ਕਿਰਪਾ, ਵਾਹਿਗੁਰੂ 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 ਵਾ
ਗੁਰੂ ਗੁਰੂ ਵਾਹ 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 ਗੁਰੂ ਗੁਰਮੁਖ ਪਿਆਰਿਓ, ਆਪਾਂ ਇਹ ਜੇ ਲਗਾਤਾਰ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਮਹਾਰੇ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਦੱਸਦੇ ਨੇ, ਧੰਨ ਜੀਓ ਤਿਹ ਕੋ ਯੁਗ ਮੈਂ ਮੁੱਖ ਅਤੇ ਹਰ ਚਿੰਤ ਮੈਂ ਜੁੱਤ ਵਿਚਾਰੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਜੇ ਲਗਾਤਾਰ ਸਿਮਰਨ ਗੁਰੂ ਦੀ ਮੱਤ ਨੂੰ ਦ੍ਰਿੜ ਕਰਾਂਗੇ ਤਾਂ ਇਹਨਾਂ ਤੋਂ ਖਹਿੜਾ ਛੁੱਟਦਾ ਹੋਇਆ ਮਨ ਇਹਨਾਂ ਨੂੰ ਜਿੱਤ ਕੇ ਅਤੇ ਆਪਣੇ ਅਸਲੀ ਘਰ ਦੇ ਵਿੱਚ ਜਾਏਗਾ। ਉਸ ਨੂੰ ਹੀ ਮਾਰੇ ਕਹਿੰਦੇ ਨੇ ਸੂਰਮਾ ਹੈ, ਐਸੋ ਕੌਮ ਬਲੀ ਰਹੇ ਜਿਨ ਮਿਲ ਮਾਰੇ ਪੰਚ ਸੂਰਬੀਰ ਸੋ ਪੂਰਾ ਇਹ ਕਲੀ ਰਹੇ। ਇਸ ਵਾਸਤੇ ਕੋਸ਼ਿਸ਼ ਕਰਨੀ ਹੈ
ਹਰ ਵਕਤ ਤੁਰਦਿਆਂ ਫਿਰਦਿਆਂ ਗਿਆਨ ਦਾ ਖੜਗਾ ਆਪਣੇ ਨਾਲ ਰੱਖਣਾ ਹੈ ਤਾਂ ਜੋ ਆਪਾਂ ਇੱਥੋਂ ਜਿੱਤ ਪ੍ਰਾਪਤ ਕਰੀਏ। ਸੋ ਹੁਣ ਇਸ ਤੋਂ ਅੱਗੇ ਕੱਲ੍ਹ ਦਾ ਆਪਾਂ ਫਿਰ ਕੱਲ੍ਹ ਨੂੰ ਵਿਚਾਰ ਕਰਾਂਗੇ। ਸਮਾਂ ਇੱਥੇ ਸਮਾਪਤ ਹੈ ਦਿੱਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।